ਸ੍ਰੀ ਨਨਕਾਣਾ ਸਾਹਿਬ ਦੇ ਸੰਬੰਧ ਵਿੱਚ ਜਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਹਿਲੀ ਵਾਰ ਨਨਕਾਣਾ ਸਾਹਿਬ ਗਏ ਉੱਥੇ ਇੱਕ ਪੁਜਾਰੀ ਮਿਲਿਆ ਉਹਨਾਂ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਕਿ ਕੋਈ ਦੀਵਾ ਨਹੀਂ ਹੈ ਕੋਈ ਰੋਸ਼ਨੀ ਨਹੀਂ ਹੈ ਜਿਸ ਗੁਰੂ ਨਾਨਕ ਦੀ ਬਦੌਲਤ ਇਸ ਰਣਜੀਤ ਸਿੰਘ ਨੂੰ ਰਾਜ ਮਿਲਿਆ ਹੈ ਕੀ ਕਾਰਨ ਹੈ ਇੱਥੇ ਉਸਨੇ ਕਿਹਾ ਕਿ ਮੈਂ ਬੜਾ ਗਰੀਬ ਆਦਮੀ ਹਾਂ ਮੇਰੇ ਪਾਸ ਕੋਈ ਪੈਸਾ ਨਹੀਂ ਕਿ ਮੈਂ ਤੇਲ ਲਿਆ ਸਕਾਂ ਕੋਈ ਦੀਵਾ ਖਰੀਦ ਸਕਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਘੋੜਾ ਦਿੱਤਾ ਉਸਨੂੰ ਕਿ ਸਿੰਘ ਜੀ ਇਸ ਘੋੜੇ ਤੇ ਬੈਠ ਕੇ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਹੈ ਤੂੰ ਨਨਕਾਣਾ ਸਾਹਿਬ ਦੀ ਜੂਜ ਜਿੰਨੀ ਦੂਰ ਜਾ ਸਕਦਾ ਚਲਿਆ ਜਾ ਜਿੰਨੇ ਪਿੰਡ ਰੋਕ ਲੈ ਜਿੰਨੇ ਜ਼ਮੀਨ ਰੋਕ ਲੈ ਉਹ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਇਸ ਮੰਦਿਰ ਦੀ ਜਾਗੀਰ ਬਣਨ।